ਇਤਨ ਸਾਹਿਬਾਂ ਨੇ ਇੱਕ ਸਲਾਹਤ ਨੇ ਉੱਚੀ ਆਵਾਜ਼ ਨਾਲ ਬਹੁਤ ਸਾਰੀਆਂ ਦੁਆਵਾਂ ਮੁਸਤਜਾਬ ਹੋ ਜਾਣ ਬਹੁਤ ਨਾਲੇ ਤਕਬੀਰ ਕਾਫੀ ਸਾਰਾ ਮਤਲਬ ਮੈਂ ਹਾਲੀ ਦਾ ਰੱਬਾਂ ਤੋਂ ਉੱਚੀ ਆਵਾਜ਼ ਨਾਲ ਸਾਰੀ ਗੱਲ ਸੁਣਾਓ ਕਿ ਵਾਜਮਾਤ ਬੋਲੋ ਨਾਲੇ ਤਕਬੀਰ ਨਾਲੇ ਰਿਸਾਲਤ ਨਾਲੇ ਰਿਸਾਲਤ ਨਾਲੇ ਹੈਦਰੀ ਨਾਲੇ ਹੈਦਰੀ 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 ਮੇਰੇ ਕੋ ਬੋਲੋ ਉੱਚਾ ਬੋਲੋ ਹੈਦਰੀ ਚੌਦਾਂ ਦਿਨ ਘਰਾਂ ਚੱਲਾਂ ਮੈਂ ਸ਼ਹਿਜ਼ਾਦੀ ਦਾ ਦਿਲ ਤੋਂ ਖਾਣਾ ਲਿਆ ਚੱਲਾਂ ਮੈਂ ਕਰੋ ਸਲਵਾਤ ਸਾਰੇ ਬੋਲ ਦਵਾਜ ਕਰੋ ਬੜੋ ਛੇਵਾਂ ਨਾਲ ਮਿਲਾਇ ਤਾਂ ਫਰਮਿੰਦੇ ਜ਼ਮੀਨ ਉਸ ਵਕਤ ਤੱਕ ਅਨਾਜ ਨਹੀਂ ਉਦਲ ਸਕਦੀ ਜਦ ਤੱਕ ਇਸ ਨੂੰ ਸਾੜੀ ਦਿੱਤੀ ਬਸ ਸਕਦੇ ਬਾਈ ਜ਼ਿੰਦਗੀ ਗੁਜ਼ਰ ਦੇਖੇ ਕੋਸ਼ਿਸ਼ ਕਰਾਉਣ ਦੀ ਰਾਤ ਸਾਰੇ ਬੁਲੰਦ ਆਵਾਜ਼ ਨਾਲ ਸਲਵਾਤ ਪੜੋ ਬੜੇ ਖੂਬਸੂਰਤ ਪੜ੍ਹਨ ਵਾਲੇ ਚੰਗਾ ਪੜ੍ਹਨ ਵਾਲੇ ਮਾਲਿਕ ਜਿਤਨੇ ਮੌਲਾ ਦੇ ਮਦਾ ਵਿੱਚ ਬਿਹਤਰੀਨ ਮਦ ਖਾਨ ਮਾਲਿਕ ਨੇ ਦਸਾਇਆ ਸਾਰੇ ਸਾਰ ਦਿੱਤਾ ਪੰਜਾਬ ਤੈ ਸਰ ਦੇ ਜ਼ਿਕਰ ਪੇਸ਼ ਕਰਦਾ ਨਾਜ਼ਿਸ਼ੇ ਵਾਲਿਦੈਨ ਆਇਆ ਹੈ ਚਾਰ ਸਦਰ ਪੜ੍ਹ ਲਗਾ ਜਿੰਨਾ ਜ਼ਮਾਨ ਮੇਰੀ ਸਰਦਾਰ ਮੁਹੰਮਦ ਦੀ ਮੁਹੱਬਤ ਕੀ ਅਲੀ ਦਾ ਨੌਕਰ ਸਰ ਜਾਵੇ ਤਾਂ ਵੇਖ ਮੇਰੇ ਪਾਸੇ ਨਾਜ਼ਿਸ਼ੇ ਵਾਲਿਦੈਨ ਆਇਆ ਹੈ ਦੂਸਰੀ ਸਦਰ ਤੇ ਉਹ ਬੋਲੇ ਜਾਂਦਾ ਬੋਲਣ ਲਈ ਦਿਮਾਗ ਨੂੰ ਚੰਗਾ ਲੱਗੇ ਨਾ ਦਿਸ਼ੇ ਵਾਲਿਦੈਨ ਆਇਆ ਹੈ ਔਰ ਕਿਬਲਾ ਹੈ ਮਸ਼ਰਕੈਨ ਆਇਆ ਹੈ ਕਿਆ ਕਹਿੰਦੇ ਬਈ ਹੱਥ ਕਿਸੇ ਕੁੱਤੇ ਦਾ ਮੁਹਤਾਜ ਨਹੀਂ ਕਿਆ ਕਹਿੰਦੇ ਚਾਰ ਸਦਰ ਸਾਲ ਕਰ ਲਗਾ ਬਈ ਚੌਥੀ ਸਦਰ ਤੇ ਬੰਦਾ ਕਿਹੜਾ ਜਰਾ ਪਿੰਡਾਂ ਚ ਬੈਠੇ ਤਾਂ ਨਾ ਕਰਨਾ ਨਹੀਂ ਬੋਲਣਾ ਨਮੀ ਨਾਲ ਵੇਲੋ ਜਾ ਮਗਰ ਸ਼ਬਦ ਦੇ ਲਈ ਚਲੀ ਵਸਦਾ ਹੋਵੇ ਨਾ ਦਿਸ਼ੇ ਵਾਲਿਦੈਨ ਆਇਆ ਹੈ ਕਿਬਲਾ ਹੈ ਮਸ਼ਰਕੈਨ ਆਇਆ ਹੈ ਔਰ ਕਰਬਲਾ ਨੇ ਕਹਾ ਮਦੀਨੇ ਸੇ ਸੁਣ ਆਜ ਮੇਰਾ ਹੁਸੈਨ ਆਇਆ ਹੈ ਚਾਰ ਕੰਮ ਵਾਲੇ ਕੁੱਤੇ ਕੀ ਤਬਾਹ ਹੀ ਨਹੀਂ ਕੀ
ਉਹ ਬੋਲੇ ਕਹਿੰਦਾ ਬੋਲਣ ਲਈ ਤੇ ਮਾਂ ਬੜਾ ਚੰਗਾ ਲੱਗੇ ਬਾਈ ਚਾਰ ਤੁਹਾਡੀ ਜ਼ਿੰਦਗੀ ਦੇ ਨਾਲ ਹੋਵੇ ਚਾਰ ਮੰਗ ਵਾਲੇ ਕੁੰਡੇ ਕੀ ਹਲਾਲੀ
मैं झूला झूला
ਸਰਦਾਰ ਮਾਲਕਾ ਤੋਂ ਸੁਗਮ ਕੀ ਤਾਂ ਬਈ ਕਸੀਦਾ ਜਿਸਨੇ ਮਿਲਾ ਦੱਸਣਾ ਕਸੀਦਾ ਪਹਿਲੇ ਹਰ ਪਾਸੇ ਪੜ੍ਹਿਆ ਹੈ ਘਬਰਾਣਾ ਨਹੀਂ ਤੁਸੀਂ ਲੇਕਿਨ ਭਾਈਜਾਨ ਦੇ ਕਸੀਦੇ ਦੇ ਜਿਹੜੇ ਬਿਲਕੁਲ ਨਿਊ ਸ਼ੇਰ ਨੇ ਨਾ ਨਵੇਂ ਲਿਖੇ ਸ਼ੇਰ ਉਹ ਮੈਂ ਤੁਹਾਡੇ ਨਾਲ ਰੱਖਿਆ ਕਿ ਜਦ ਹੈ ਕਸੀਦਾ ਪੜ੍ਹਾ ਇੱਕ ਸਲਵਾਦ ਇਤਨੀ ਉੱਚੀ ਆਵਾਜ਼ ਨਾਲ ਪੜ੍ਹਾਉ ਮੈਨੂੰ ਪਤਾ ਲੱਗ ਜਾਵੇ ਮੈਂ ਕਸੀਦਾ ਪੜ੍ਹਨੇ ਸਾਰੇ ਉਹਨਾਂ ਦਾ ਆਵਾਜ਼ ਨਾਲ ਸਲਵਾਦ ਬਾਦਸ਼ਾਹ ਦੀ ਮਾਹੌਲ ਲੱਗੀ ਹੋਈ ਕਾਇਨਾਤ ਦੀ ਕੀ ਤਰ੍ਹਾਂ ਸ਼ੇਰ ਸੁਣਨਾ ਪੈ ਜਾਣ ਹਮ ਮਗਰ
जश्न मिला घर घर मनाना सारे बोलो छोड़ दे हर्ष वाले सभी आना जाना छोड़ दे कहना देखी मतलब शेर पर लगा जड़े अली बात साथ लगा उधर बैठो तोड़ दल मेरी गले ਸਰ ਜਾਓ ਯਾਰ ਮੈਂ ਜੰਨਤ ਮਿਲਦਾ
ਸਮੇਂ ਮੁਹਤਰਮ ਮਵਾਲੀ ਵਾਲੇ ਖਦਰ ਇਕਰਾਰ